ਇੱਕ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗਾ ਐ ਇੰਨੇ ਨਾਜ਼ੁਕ ਹਾਲਤ ਨੇ ਪਰਿਵਾਰ ਦੇ ਕਿ ਘਰ ਦੇ ਵਿੱਚ ਗਰੀਬੀ ਐ ਕੋਈ ਕਮਾਈ ਦਾ ਸਾਧਨ ਨਹੀਂ ਘਰ ਦਾ ਜੋ ਮੁਖੀ ਐ ਉਹ ਵੀ ਲੱਤਾਂ ਤੋਂ ਆਰੀ ਹੋ ਚੁੱਕਾ ਕਿਉਂਕਿ ਸੱਟ ਲੱਗਣ ਦੇ ਕਾਰਨ ਭਾਰਾ ਹੌਲਾ ਕੰਮ ਨਹੀਂ ਕਰਦਾ ਆ ਚੁੱਲਾ ਦੇਖੋ ਤੁਸੀਂ ਆਓ ਚੁੱਲਾ ਵਾ ਜਿੱਤੇ ਰੋਜ਼ ਮਰਰਾ ਦੀ ਰੋਟੀ ਪੱਕਦੀ ਐ ਤੇ ਇਸੇ ਚੁੱਲੇ ਨੂੰ ਤਖਾਉਣ ਵਾਸਤੇ ਉਹ ਅਪਾਹਜ ਵੀਰ ਜਿਹੜਾ ਵਾ ਦਰਦਰ ਦੀਆਂ ਠੋਕਰਾ ਖਾਂਦਾ ਤੁਸੀਂ ਦੇਖ ਸਕਦੇ ਹੋ ਘਰ ਦੀ ਗੰਦਾ ਜਿਹੜੀਆਂ ਬਿਲਕੁਲ ਮਿੱਟੀ ਦੇ ਨਾਲ ਜਿਹੜੀਆਂ ਪ੍ਰਾਣੀਆਂ ਇੱਟਾਂ ਈਆਂ ਉਹੀ ਲੱਗੀਆਂ ਹੋਈਆਂ ਇੱਥੇ ਕੋਈ ਮੰੰਜਾ ਨਹੀਂ ਹੈ ਜਾਂ ਰਹਿਣ ਵਾਸਤੇ ਆ ਗੱड्डा ਤੁਸੀਂ ਦੇਖ ਸਕਦੇ ਹੋ ਗੱड्डा ਪੁੰਜੇ ਸੁੱਟ ਕੇ ਫਿਰ ਰਾਤ ਨੂੰ ਇੱਥੇ ਪਰਿਵਾਰ ਜਿਹੜਾ ਸੌਂਦਾ ਕੋਈ ਮੰੰਜਾ ਨਹੀਂ ਘਰ ਦੇ ਵਿੱਚ ਕੋਈ ਚੱਜ ਦਾ ਬਿਸਤਰਾ ਨਹੀਂ ਆ ਜਿਹੜੇ ਬਿਸਰੇ ਕੱਢ ਕੇ ਰੱਖੇ ਹੋਏ ਨੇ ਇਹ ਸਾਰੇ ਬਰਸਾਤ ਦੇ ਨਾਲ ਭਿੱਜ ਚੁੱਕੇ ਨੇ ਛੱਤ ਦੀ ਜਿਹੜੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਨੇ ਤੇ ਕਦੇ ਵੀ ਇਹ ਕੋਠਾ ਜਿਹੜਾ ਡਿੱਗ ਸਕਦਾ ਤੁਹਾਡਾ ਘਰ ਵਾਲਾ ਜਿਹੜਾ ਉਹ ਕੀ ਕੰਮ ਕਰਦਾ ਵਿਰਜੀ ਮੈਂ ਤਾਂ ਮਜੂਰੀ ਕਰਦੇ ਆਂ ਜਿਹੜੇ ਲਿਆਂਦਾ ਵਿਚਾਰਾ ਕਮਾ ਕੇ ਇਤਰਾ ਹੀ ਬੱਚਿਆਂ ਨੂੰ ਮੂੰਹ 'ਚ ਪਾ ਦਿੰਦਾ ਮਤਲਬ ਛੱਟ ਜ਼ਰੂਰ ਲੱਗੀ ਉਹਨਾਂ ਦੀ ਬੜਾ ਚੇਰੀ ਹੋ ਗਿਆ ਉਹਨਾਂ ਦੇ ਵਿਚਾਰਾਂ ਦੀ ਸੀ ਰੈਂਟ ਦੋ ਇਹ ਜ਼ਬਰਦਸਤ ਸੀ ਇਹ ਪਾਰਾ ਹੌਲਾ ਕੰਮ ਨਹੀਂ ਹੁੰਦਾ ਉਹਨਾਂ ਤੋਂ ਪੜਾਈ ਕਿਉਂ ਛੁੱਟ ਗਈ ਤੁਹਾਡੀ ਪੜਾਈ ਸਹੀ ਕੰਦੇ ਕਮਾਈ ਕਰਨ ਵਾਸਤੇ ਕਹਿੰਦੇ ਇੱਕ ਛੱਡ ਦਿੱਤੀ ਸਾਡਾ ਘਰ ਦਾ ਨਹੀਂ ਸਰਦਾ ਇਹ ਇਸ ਕਰਕੇ ਛੱਡ ਦਿੱਤੀ ਸੀ ਕੀ ਮੰਗ ਕਰਦੇ ਬੱਚਾ ਸਾਡੇ ਵੀ ਕੰਦੇ ਘਰ ਦੀ ਹਾਲਤ ਵੇਖ ਕੇ ਤੁਸੀਂ ਕਹਿੰਦੇ ਆਪਣੇ ਆਪ ਹੀ ਸਮਝ ਸਕਦੇ ਹੋ ਵੀ ਕਹਿੰਦੇ ਸਾਡੀ ਕੰਦੇ ਰੋਟੀ ਪਾਣੀ ਦੇ ਜੋਗਾ ਕਹਿੰਦੇ ਕਈਆਂ ਵਾਰ ਭੁੱਖੇ ਸੌਂ ਜਾਂਦਾ ਹੈ بڑے بڑے ਸਮਾਗਮ ਅਸੀ ਕਰ ਪਰ ਜਿੱਥੇ ਲੰਗਰ ਦੀ ਲੋੜ ਆ ਨਾ ਉੱਥੇ ਲੰਗਰ ਪਹੁੰਚਦਾ ਨਹੀਂ ਆ ਪਰ ਜਿਆ ਨੂੰ ਰਜਾਈ ਰੰਨੇ ਸੜਕਾਂ ਤੇ ਲੰਗਰ ਲਾਉਣ ਦਾ ਕੀ ਫਾਇਦਾ ਸਾਨੂੰ ਜਦੋਂ ਸਾਡੇ ਪਰਿਵਾਰ ਘਰਾਂ ਦੇ ਵਿੱਚ ਭੁੱਖੇ ਬੈਠੇ ਰਹਿੰਦੇ ਅਖੰਡ ਬਾਣੀ ਦੇ ਨਾਲ ਜੁੜੇ ਹੋ ਤੇ ਇੱਕ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗਾ ਐਨੇ ਨਾਜ਼ੁਕ ਹਾਲਤ ਨੇ ਪਰਿਵਾਰ ਦੇ ਕਿ ਘਰ ਦੇ ਵਿੱਚ ਗਰੀਬੀ ਹੈ ਕੋਈ ਕਮਾਈ ਦਾ ਸਾਧਨ ਨਹੀਂ ਘਰ ਦਾ ਜੋ ਮੁਖੀ ਹੈ ਉਹ ਵੀ ਲੱਟਾਂ ਤੋਂ ਆਰੀ ਹੋ ਚੁੱਕਾ ਕਿਉਂਕਿ ਸੱਟ ਲੱਗਣ ਦੇ ਕਾਰਨ ਭਾਰਾ ਹੌਲਾ ਕੰਮ ਨਹੀਂ ਕਰਦਾ ਮੈਂ ਤਾਂ ਮਜ਼ਦੂਰੀ ਕਰਕੇ ਖਾਣ ਵਾਲਾ ਇਹ ਪਰਿਵਾਰ ਪਰਿਵਾਰ ਦੇ ਵਿੱਚ 6 ਬੱਚੇ ਨੇ ਦੋ ਬੇਟੇ ਤੇ ਚਾਰ ਬੇਟੀਆਂ ਨੇ ਤੁਸੀਂ ਘਰ ਦੇ ਹਾਲਾਤ ਇੱਕ ਵਾਰੀ ਦਿਖਾ ਦਿਓ ਇਧਰਲੇ ਪਾਸੇ ਇੱਕ ਕਰੀ ਕੈਮਰਾਮੈਨ ਨੂੰ ਕਵਾਂਗਾ ਕਿ ਆਹ ਘਰ ਦੇ ਹਾਲਾਤ ਦਿਖਾ ਦਿਓ ਕੋਈ ਬਾਥਰੂਮ ਦੀ ਇਹ ਸੁਵਿਧਾ ਨਹੀਂ ਹੈਗੀ ਕੋਈ ਪਾਣੀ ਦੀ ਸੁਵਿਧਾ ਨਹੀਂ ਹੈਗੀ ਇਧਰਲੇ ਪਾਸੇ ਆ ਜਾਓ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਇੱਕ ਰਸੋਈ ਘਰ ਤੁਹਾਨੂੰ ਮੈਂ ਦਿਖਾ ਦੇਵਾਂ ਆ ਚੁੱਲਾ ਦੇਖੋ ਤੁਸੀਂ ਆਓ ਚੁੱਲਾ ਵਾ ਜਿੱਤੇ ਰੋਜ਼ ਮਰਰਾ ਦੀ ਰੋਟੀ ਪੱਕਦੀ ਹੈ ਤੇ ਇਸੇ ਚੁੱਲੇ ਨੂੰ ਦਿਖਾਉਣ ਵਾਸਤੇ ਉਹ ਅਪਾਹਜ ਵੀਰ ਜਿਹੜਾ ਵਾ ਦਰਦ ਦਰਦ ਦੀਆਂ ਠੋਕਰਾਂ ਖਾਂਦਾ ਤੇ ਰੋਜ਼ ਕੋ 100 150 ਰੁਪਿਆ ਕਮਾ ਕੇ ਇਹ ਆਪਣੇ ਗਰੀਬ ਪਰਿਵਾਰ ਨੂੰ ਪਾੜ ਰਿਹਾ ਤੁਸੀਂ ਦੇਖ ਸਕਦੇ ਹੋ ਘਰ ਦੇ ਕੰਧਾਂ ਜਿਹੜੀਆਂ ਬਿਲਕੁਲ ਮਿੱਟੀ ਦੇ ਨਾਲ ਜਿਹੜੀਆਂ ਪੁਰਾਣੀਆਂ ਇੱਟਾਂਆਂ ਜਿਹੜੀਆਂ ਉਹੀ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬਿਲਕੁਲ ਵੀ ਘਰ ਜਿਹੜਾ ਆ ਜਦੋਂ ਬਰਸਾਤ ਆਉਂਦੀ ਤੇ ਚੋਕੇ ਸਾਰੇ ਕਮਰੇ ਦੀਆਂ ਜਿਹੜੀਆਂ ਸਮਾਨ ਕਮਰੇ ਦੇ ਵਿੱਚ ਪਿਆ ਹੁੰਦਾ ਸਾਰਾ ਭੇਜ ਜਾਂਦਾ ਇੱਕ ਵਾਰੀ ਅੰਦਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਈ ਮੰਝਾ ਨਹੀਂ ਹੈ ਜਰਾ ਰਹਿਣ ਵਾਸਤੇ ਆ ਗੱड्डा ਤੁਸੀਂ ਦੇਖ ਸਕਦੇ ਹੋ ਗੱड्डा ਪੁੰਜੇ ਸੁੱਟ ਕੇ ਫਿਰ ਰਾਤ ਨੂੰ ਇੱਥੇ ਪਰਿਵਾਰ ਜਿਹੜਾ ਸੌਂਦਾ ਕੋਈ ਮੰਝਾ ਨਹੀਂ ਘਰ ਦੇ ਵਿੱਚ ਕੋਈ ਚੱਜ ਦਾ ਬਿਸਤਰਾ ਨਹੀਂ ਆ ਜਿਹੜੇ ਬਿਸਤਰੇ ਕੱਢ ਕੇ ਰੱਖੇ ਹੋਏ ਨੇ ਇਹ ਸਾਰੇ ਬਰਸਾਤ ਦੇ ਨਾਲ ਭਿੱਜ ਚੁੱਕੇ ਨੇ ਉੱਪਰ ਛੱਦੀ ਹਾਲਾਤ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਕਿ ਛੱਤ ਦੀ ਜਿਹੜੇ ਹਾਲਾਤ ਜਿਹੜੇ ਬਹੁਤ ਨਾਜ਼ੁਕ ਨੇ ਤੇ ਕਦੇ ਵੀ ਇਹ ਕੋਠਾ ਜਿਹੜਾ ਡਿੱਗ ਸਕਦਾ ਤੇ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਆਜੋ ਕਰਾਉਨੇ ਤੁਹਾਡੀ ਗੱਲਬਾਤ ਤੋਂ ਘਰ ਦੇ ਮੁਖੀ ਸਾਡੇ ਨਾਲ ਨੇ ਆਉ ਕਰਦੇ ਆ ਗੱਲਬਾਤ ਪੈਂਜੀ ਸਤਿ ਸ੍ਰੀ ਅਕਾਲ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਪਹਿਲਾ ਆਪਣਾ ਨਾਮ ਦੱਸੋ ਵਿਰਜੀ ਮੇਰਾ ਨਾਮ ਸੁਣ ਘਾਇਆ ਤੇ ਤੁਹਾਡਾ ਘਰ ਵਾਲਾ ਜਿਹੜਾ ਉਹ ਕੀ ਕੰਮ ਕਰਦਾ ਵਿਰਜੀ ਮਿੰਤਮ ਮਜ਼ਦੂਰੀ ਕਰਦੇ ਐ ਜਿਹੜੇ ਲਿਆਂਦਾ ਵਿਚਾਰਾ ਕਮਾ ਕੇ ਇਤਰਾਈ ਬੱਚਿਆਂ ਨੂੰ ਮੂੰਹ ਪਾ ਦਿੰਦਾ ਮਤਲਬ ਸੱਟ ਜ਼ਰੂਰ ਲੱਗੀ ਉਹਨਾਂ ਦੇ ਵੀ ਬੜਾ ਚੇਰੀ ਹੋ ਗਿਆ ਉਹਨਾਂ ਦੇ ਵਿਚਾਰਿਆਂ ਦੀ ਸੀ ਰੈਂਟ ਦੋ ਇਹ ਜਵਰਦਾ ਸੀ ਵੀ ਪਾਰਾ ਹੌਲਾ ਕੰਮ ਨਹੀਂ ਹੁੰਦਾ ਉਹਨਾਂ ਤੋਂ ਬਹੁਤ ਜਦੀ ਹਾਲਤ ਮੰਦੀ ਸੀ ਮੈਂ ਸੱਟ ਗੁੱਜੀ ਲੱਗੀ ਮੇਰੇ ਵੀ ਮਤਲਬ ਕੰਮ ਦਿੰਦਾ ਕਰਦੀ ਇਤਰਾ ਜਿਹੜੀ ਮਿੰਤਮ ਮਜ਼ਦੂਰੀ ਕਰਕੇ ਖਾਣੇ ਮੰਗ ਤਾਂ ਕਿ ਕੋਈ ਸਾਡੀ ਅਜੀ ਸੁਲਵਾਈ ਨਹੀਂ ਕੀਤੀ ਕੇ ਨਹੀਂ ਅੱਛਾ ਇੱਕ ਇੱਕ ਹੁੰਦਾ ਜਿਹੜਾ ਆਪਣਾ ਕੋਠੇ ਦੇ ਸਰਕਾਰ ਵੱਲੋਂ ਫਾਰਮ ਭਰੇ ਜਾਂਦੇ ਉਹ ਫਾਰਮ ਭਰਿਆ ਸੀ ਤੁਸੀਂ ਬਾਜੀ ਭਰਿਆ ਤੇ ਹੈਗਾ ਸੀ ਮੇਰੇ ਘਰ ਵਾਲੇ ਨੇ ਤੇ ਪਰ ਹਜੇ ਪਤਾ ਸੁਰ ਨਹੀਂ ਲੱਗਣ ਡਿਆ ਸਾਡਾ ਤੇ ਪਰ ਨਾ ਜੀ ਥੋੜਾ ਚਿਰ ਹੋਇਆ ਜੀ ਮਹੀਨਾ ਕੀ ਹੋਇਆ ਜੀ ਵੀਰ ਜੀ ਮਹੀਨਾ ਕਿ ਹੋ ਗਿਆ ਹਾਂਜੀ ਤੇ ਉਸ ਤੋਂ ਬਾਅਦ ਇੱਕ ਆਟਾ ਦਾਲ ਸਕੀਮ ਮਿਲਦੀ ਉਹ ਕਣਕ ਤੁਹਾਨੂੰ ਮਿਲਦੀ ਸਰਕਾਰੀ ਜੀ ਪਾਜੀ ਇੱਕ ਬਣਾ ਹਫ਼ਤੇ ਚ ਦੇ ਦਿੰਦੇ ਦਿੰਦੇ ਕਣਕ ਸਾਨੂੰ ਬਾਅਦ ਚ ਘਾ ਦੇ ਦਿੰਦੇ ਤੁਹਾਡਾ ਕਾਟ ਨਹੀਂ ਹੈਗਾ ਤੁਹਾਡੀ ਆਉਂਦੀ ਨਹੀਂ ਤੁਹਾਡਾ ਨਾ ਹੀ ਨਹੀਂ ਲੇਟਰੀ ਚ ਹੈਗਾ ਤੇ ਸਰਪੰਚ ਘਰੇ ਖਾ ਲਿੰਦਾ ਜੀ ਇਤਰਾ ਮਤਲ ਨਹੀਂ ਦਿੰਦੇ ਸਾਨੂੰ ਕਣਕ ਨਾ ਹੀ ਬਾਥਰੂਮ ਦੀ ਸੁਵਿਧਾ ਹਾਂਜੀ ਕੁਝ ਨਹੀਂ ਜੀ ਕੋਈ ਸੂਰਤ ਨਹੀਂ ਸਾਨੂੰ ਵੀਰ ਜੀ ਮਿਲੀ ਮੀਟਰ ਲੱਗਾ ਘਰ ਚ ਹਾਂਜੀ ਉਹ ਵੀ ਮਿੰਤਮ ਮਜ਼ਦੂਰੀ ਕਰਕੇ ਇਤਰਾ ਹੀ ਅਸੀਂ ਧੱਕੇ ਥੋੜੇ ਖਾ ਕੇ ਲਵਾਇਆ ਜੀ ਬੱਚੇ ਰੋ ਰੋਲ ਕੇ ਹੂੰ ਹੁ ਫਾਣ ਵੀਰ ਜੀ ਸਿਆਣੇ ਸਾਡਾ ਘਰ ਬੰਦ ਜੇ ਮਤਲਬ ਸਾਡੇ ਵੀ ਗਰੀਬੀ ਨਿਕਲ ਜੇ ਬਹੁਤ ਜਰੀ ਹਾਲਤ ਮੰਦੀ ਆ ਅਸੀਂ ਰੋਟੀ ਤੋਂ ਵੀ ਯਾਤ ਰਿਆਂ ਤੇ ਸਾਡੀਆਂ ਧੀਆਂ ਸਾਡੀਆਂ ਮਟਿਆਰਾ ਮੈਂ ਦੂਰ ਗਾਡੀਆਂ ਹੀ ਕੰਮ ਤੇ ਉਹ ਵੀ ਸਾਡੇ ਕਾਰੋਬਾਰ ਕੰਮ ਖਾ ਗਏ ਅਗਲੇ ਰੱਖ ਕੇ ਸਰਕਾਰ ਵੱਲੋਂ ਨਹੀਂ ਸਾਨੂੰ ਕੋਈ ਮਿਲੀ ਸੂਰਤ ਬੱਚੇ ਕਿੰਨੇ ਤੁਹਾਡੇ ਬਾਜੀ ਚਾਰ ਗੁੱਡੀਆਂ ਦੋ ਕਾਕਿਆ ਚਾਰ ਦੋ ਜੀ ਅਸੀਂ ਆਪਿਆਂ ਹਾਂਜੀ ਅੱਠ ਜੀ ਕਰਦੀ ਅੱਛਾ ਅੱਛਾ ਅਚਾ ਬੇਟਾ ਤੁਹਾਡਾ ਕਿਨਾ ਮੇਰਾ ਰਹਿਮਤ ਕੌਰ ਰਹਿਮਤ ਕੌਰ ਕਿਹੜੀ ਕਲਾਸ ਪੜਦੀ 6ਵੀਂ ਚ ਪੜਦੀ ਬਾਜੋ ਹਟ ਗਈਆਂ ਕੰਮ ਤੇ ਚੱਲ ਗਈਆਂ ਹਟ ਕਿਉਂ ਗਏ ਫਿਰ ਓਏ ਡੇ ਪਾਪਾ ਤੇ ਸਾਡਾ ਲੱਗੇ ਇਸ ਕਰਕੇ ਛੱਡ ਗਏ ਹਾਂ ਹੂੰ ਹੁਣ ਪਾਪਾ ਕੀ ਕੰਮ ਕਰਦੇ ਆ ਬੱਬਾ ਡਿਆੜੀ ਦਾਪਾ ਕਰਦੇ ਆ ਹਾਂ ਬੇਟਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਿਨਦੀਪ ਹਾਂ ਕੀ ਕੰਮ ਕਰਦੇ ਤੁਸੀਂ ਤੁਸੀਂ ਡਿਆੜੀ ਦਾਪਾ ਕਰਦੇ ਇਤਰਾ ਕੇ ਦੇ ਘਰੇ ਕੰਮ ਕਰਦੇ ਆ ਤੇ ਕਹਿੰਦੇ ਉਹ ਵੀ ਕਹਿੰਦੇ ਭਾਂਡਾ ਛੰਨਾ ਮਾਜ ਕੇ ਰੋਟੀ ਪਾਣੀ ਕਹਿੰਦੇ ਲਿਆ ਕੇ ਖਾਉਣੇ ਆਪਣੇ ਭੈਣ ਭਰਾਵਾਂ ਨੂੰ ਹੂੰ ਹੂੰ ਤੁਹਾਡੇ ਪਾਪਾ ਦੇ ਜੋ ਛੱਟ ਲੱਗੇ ਉਹ ਕਹਿੰਦੇ ਕੰਮ ਨਹੀਂ ਹੋਇਆ ਨਾ ਤਾਂ ਉਹ ਇਸ ਕਰਕੇ ਕਹਿੰਦੇ ਸਾਡਾ ਘਰ ਬਣਾਉਣਾ ਚਾਹੀਦਾ ਪੜ੍ਹਾਈ ਕਿਉਂ ਛੁੱਟ ਗਈ ਤੁਹਾਡੀ ਪੜ੍ਹਾਈ ਸਹੀ ਕਹਿੰਦੇ ਕਮਾਈ ਕਰਨ ਵਾਸਤੇ ਕਹਿੰਦੇ ਇੱਕ ਛੱਟਤੀ ਹੂੰ ਹੂੰ ਸਾਡਾ ਘਰ ਦਾ ਨਹੀਂ ਸਰਦਾ ਇਸ ਕਰਕੇ ਛੱਡ ਦਿੱਤੀ ਸੀ ਹੂੰ ਹੂੰ ਹਾਂਜੀ ਕੀ ਮੰਗ ਕਰਦੇ ਬੇਟਾ ਸਾਡੇ ਵੀ ਕਹਿੰਦੇ ਘਰ ਦੀ ਹਾਲਤ ਵੇਖ ਕੇ ਤੁਸੀਂ ਕਹਿੰਦੇ ਆਪਣੇ ਆਪ ਵੀ ਸਮਝ ਸਕਦੇ ਵੀ ਕਹਿੰਦੇ ਸਾਡੇ ਕਹਿੰਦੇ ਰੋਟੀ ਪਾਣੀ ਦੇ ਜੋਗੇ ਕਹਿੰਦੇ ਕਈਆਂ ਵਾਰ ਭੁੱਖੇ ਸੌਂ ਜਾਂਦਾ ਹੈ ਕਈਆਂ ਵਾਰਾਂ ਹੀ ਰੋਟੀ ਖਾ ਲੈਂਦੇ ਆ ਤੇ ਤੁਹਾਡੇ ਵੀਰ ਭਰਾ ਵੀ ਸਾਡੀ ਜਿਹੜੇ ਵੀਡੀਓ ਵੇਖਦੇ ਆ ਸਾਨੂੰ ਵੀ ਕੋਈ ਸਹੂਰਤ ਦਿਓ ਅਸੀਂ ਵੀ ਕਹਿੰਦੇ ਗਰੀਬ ਜਾਦੇ ਆ ਸਾਡੀ ਕਹਿੰਦੇ ਸਹੂਰਤ ਵੇਖ ਕੇ ਤੁਸੀਂ ਸਾਰੇ ਵੀਡੀਓ ਵੇਖ ਕੇ ਸਾਡੇ ਵੀਰ ਭਰਾ ਸਾਨੂੰ ਸਹੂਰਤ ਦੇਣ ਦੀ ਕਹਿੰਦੇ ਕਿਰਪਾਲਤਾ ਕਰੋ ਜੀ ਸੋ ਇਹ 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 ਉਹ ਘਰ ਦੇ ਪਰਿਵਾਰ ਨੇ ਤੁਸੀਂ ਘਰ ਦੇ ਹਾਲਾਤ ਵੇਖ ਲੈ ਰਹੇ ਤੇ ਇੱਕ ਨਾ ਸਾਡੇ ਦਾਨੀ ਵੀਰਾਂ ਨੂੰ ਮੈਂ ਆਪਣੇ ਵੱਲੋਂ ਵੀ ਆਪਣੇ ਚੈਨਲ ਵੱਲੋਂ ਵੀ ਬੇਨਤੀ ਕਰਨਾ ਚਾਹਾਂਗਾ ਕਿ ਯਾਰ بڑے بڑے ਸਮਾਗਮ ਮੱਸੀ ਕਰਾਉਣੇ ਆ بڑے بڑے ਲੰਗਰ ਅਸੀਂ ਲਾ ਦਿੰਨੇ ਆ ਪਰ ਜਿੱਥੇ ਲੰਗਰ ਦੀ ਲੋੜ ਆ ਨਾ ਉੱਥੇ ਲੰਗਰ ਪਹੁੰਚਦਾ ਨਹੀਂ ਆ ਪਰ ਜਿਆ ਨੂੰ ਰਜਾਈ ਨਹੀਂ ਨੇ ਸੜਕਾਂ ਤੇ ਲੰਗਰ ਲਾਉਣ ਦਾ ਕੀ ਫਾਇਦਾ ਸਾਨੂੰ ਜਦੋਂ ਸਾਡੇ ਪਰਿਵਾਰ ਘਰਾਂ ਦੇ ਵਿੱਚ ਭੁੱਖੇ ਬੈਠੇ ਰਹਿਣਗੇ ਆਓ ਸਾਰੇ ਜਿਹੜੇ ਸਾਡੇ ਬੱਚੇ ਜਿਹੜੇ ਸਾਡੇ ਪਰਿਵਾਰ ਆਪਣੇ ਬੱਚੇ ਸਾਡੇ ਜਿਹੜੇ ਸਮੇ ਦੇ ਨਾਲ ਟੁੱਟ ਗਏ ਨੇ ਆਓ ਇਹਨਾਂ ਨੂੰ ਸਮੇ ਦਾ ਹਾਣੀ ਬਣਾਈਏ ਇਹਨਾਂ ਗਰੀਬ ਪਰਿਵਾਰਾਂ ਦੀ ਬਾਹ ਫੜੀਏ ਤੇ ਜਰੂਰ ਇਸ ਪਰਿਵਾਰ ਦੀ ਮਦਦ ਕਰੀਏ ਇੱਕ ਨਾ ਆਪਾਂ ਭੈਣ ਕੋਲ ਪੁੱਛਦੇ ਤੁਹਾਡਾ ਮੋਬਾਈਲ ਹੈਗਾ ਤੁਹਾਡੇ ਕੋਲ ਨਹੀਂ ਅੰਕਲ ਜੀ ਆਡਾ ਮੋਬਾਈਲ ਮੋਬਾਈਲ ਵੀ ਇਹਨਾਂ ਕੋਲ ਨਹੀਂ ਹੈਗਾ ਪਰਿਵਾਰ ਕੋਲ ਤੋਂ ਅਸੀਂ ਬੇਨਤੀ ਕਰਾਂਗੇ ਸਾਰੇ ਦਾਨੀ ਵੀਰਾਂ ਨੂੰ ਕਿ ਜਰੂਰ ਇਸ ਪਰਿਵਾਰ ਦੀ ਮਦਦ ਕਰੋ ਇਹ ਪਿੰਡ ਹੈਗਾ ਜੀ ਦੋਦੇ ਪਿੰਡ ਹੈਗਾ ਤੇ ਦੋਦੇ ਪਿੰਡ ਜਿਹੜਾ ਬਿਲਕੁਲ ਪਾਕਿਸਤਾਨ ਦੇ ਨੇੜੇ ਤੇੜੇ ਖਾਲੜਾ ਬਾਰਡਰ ਇਹਨੂੰ ਲੱਗਦਾ ਤੇ ਖਾਲੜੇ ਪਿੰਡ ਆ ਕੇ ਤੁਸੀਂ ਸਿੱਧਾ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਤਾਂ ਜੋ ਇਹ ਵੀ ਸਮੇਂ ਦਿਹਾਣੀ ਪਾਣ ਸਕਣ ਜੇਕਰ ਉਹ ਅਖੰਡ ਬਾਣੀ ਧੰਨ